ਪਰਮਹੰਸ ਬਸੰਤ ਸਿੰਘ ਜੀ ਭੂਰੀ ਵਾਲਿਆਂ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸੰਤ ਬਾਬਾ ਜਸਵੀਰ ਸਿੰਘ ਜੀ ਦੇ ਸਤਿਕਾਰਯੋਗ ਦਾਦਾ ਦਾਦੀ ਜੀ ਦੇ ਸਵਰਗੀਏ ਹਰਵੰਸ ਸਿੰਘ ਅਤੇ ਸਵਰਗੀਏ ਪ੍ਰੀਤਮ ਕੌਰ ਜੀ ਦੇ ਛੋਟੇ ਸਪੁੱਤਰ ਸਵਰਗੀਏ ਸੰਤੋਖ ਸਿੰਘ ਜੀ ਕਨੇਡਾ ਨਿਵਾਸੀ ਪਿੰਡ ਚੱਬੇਵਾਲ ਦੇ ਪਰਿਵਾਰ ਵੱਲੋਂ ECG ਮਸ਼ੀਨ ਅਤੇ ਇੱਕ ਮਸਾਜਰ ਪਿੰਡ ਮਾਲ ਖੁਰਦ ਨਫਰੀ ਕਲੀਨਿਕ ਨੂੰ ਦਿੱਤਾ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਜਸਵੀਰ ਸਿੰਘ ਜੀ ਨੇ ਕੀਤਾ ਅਤੇ ਇਸ ਮੌਕੇ ਪਿੰਡ ਵਾਸੀ ਅਤੇ ਡਾਕਟਰਾਂ ਦੀ ਟੀਮ ਹਾਜ਼ਰ ਰਹੀ ਅਤੇ ਚਾਹ ਆਦਿ ਦਾ ਲੰਗਰ ਵੀ ਲਗਾਇਆ ਗਿਆ। ਸੰਤ ਬਾਬਾ ਜਸਵੀਰ ਸਿੰਘ ਜੀ ਨੇ ਕਿਹਾ ਕਿ ਜਿੱਥੇ ਅਸੀਂ ਹੋਰ ਧਾਰਮਿਕ ਜਾਂ ਹੋਰ ਪ੍ਰੋਗਰਾਮ ਕਰਦੇ ਹਾਂ, ਉੱਥੇ ਹੀ ਪਿੰਡ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅਜਿਹੇ ਸਮਾਜਿਕ ਕੰਮ ਵੀ ਕੀਤੇ ਜਾਂਦੇ ਹਨ, ਤਾਂ ਜੋ ਮਰੀਜ਼ਾਂ ਨੂੰ ਸ਼ਹਿਰ ਜਾਣ ਦੀ ਬਜਾਏ ਪਿੰਡ ਵਿੱਚ ਵੀ ਅਜਿਹੀ ਸਹੂਲਤ ਮਿਲ ਸਕੇ। ਆਓ ਦੇਖਦੇ ਹਾਂ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਇਸ ਉਦਘਾਟਨ ਸਮਾਰੋਹ ਦੀ ਵਿਸ਼ੇਸ਼ ਰਿਪੋਰਟ। ਅਤੇ ਸਾਡੀ ਇੱਕ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਚੱਲਦੇ ਚੱਲਦੇ ਹੀ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ। ਆਓ ਦੇਖਦੇ ਹਾਂ ਇਹ ਉਦਘਾਟਨ ਸਮਾਰੋਹ ਦੀ ਵਿਸ਼ੇਸ਼ ਰਿਪੋਰਟ। ਅੰਦਰ ਪਿਆ ਕੋਈ ਤੂੰ ਵੀ ਆ ਜਾ। ਔਰ ਇਸ ਜੋ ਇਹ ECG ਮਸ਼ੀਨ ਦਿੱਤੀ ਗਈ ਆ ਉਹਦਾ ਜਿਹੜਾ ਉਦਘਾਟਨ ਆ ਉਹ ਬਾਬਾ ਜੀ ਕਰ ਰਹੇ ਨੇ। ਔਰ ਉਦਘਾਟਨ ਕੀਤਾ ਗਿਆ, ਮੂੰਹ ਮਿੱਠਾ ਕਰਾ ਰਹੇ ਨੇ। ਜਿਹੜੀ ਉਦਘਾਟਨ ਦੀ ਰਸਮ ਜਿਹੜੀ ਹੈਗੀ ਆ ਉਹ ਇਸ ਮੌਕੇ ਦੇ ਉੱਪਰ ਜਿਹੜੀ ਆ ਕੀਤੀ ਗਈ ਹੈਗੀ ਆ, ਸਾਰਿਆਂ ਦਾ ਜਿਹੜਾ ਕਿ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਆ, ਕਿਉਂਕਿ ਇਹ ਜਿਹੜੀ ECG ਮਸ਼ੀਨ ਹੈਗੀ ਆ ਇਸ ਪਿੰਡ ਤੱਕ ਹੀ, ਇਸ ਇਲਾਕੇ ਦੇ ਆਲੇ ਦੁਆਲੇ ਕਿਸੇ ਪਿੰਡ ਦੇ ਵਿੱਚ ਵੀ ਨਹੀਂ ਹੈਗੀ। ਇਹ ਜਿਹੜੀ ਆ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਆ ਕਿ ਇਹ ਪਿੰਡ ਵਾਸੀਆਂ ਨੂੰ ਜਿਹੜੀ ਆ ਉਹ ਦਿੱਤੀ ਗਈ ਆ। ਆਓ ਇਸ ਦੇ ਸੰਬੰਧ ਦੇ ਵਿੱਚ ਬਾਬਾ ਜੀ ਤੋਂ ਜਾਣਦੇ ਹੈਗੇ ਹਾਂ ਕਿ ਇਹ ਜਿਹੜੀ ਮਸ਼ੀਨ ਦਿੱਤੀ ਗਈ ਹੈ ਉਹ ਕਿਸ ਪਰਪਸ ਲਈ ਦਿੱਤੀ ਗਈ ਹੈਗੀ ਆ, ਕੀ ਮਕਸਦ ਸੀਗਾ, ਕੀ ਮਨ ਦੇ ਵਿੱਚ ਵਿਚਾਰ ਸੀਗਾ ਕਿ ਇਹ ਜਿਹੜਾ ਕਿ ਇਸ ਇਲਾਕੇ ਨੂੰ ਮਸ਼ੀਨ
ਇਹ ਦਿੱਤੀ ਜਾਵੇ। ਔਰ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਜਿਹੜੇ ਆ ਉਹ ਕਾਫੀ ਜਿਹੜੇ ਹੈਗੇ ਤਕਰੀਬਨ ਜਿਹੜੇ ਆ ਸਾਰੇ ਅਹੁਦੇਦਾਰ ਮੁੱਖ ਅਹੁਦੇਦਾਰ ਜਿਹੜੇ ਆ ਉਹ ਆ ਚੁੱਕੇ ਨੇ। ਹੁਣ ਕਰਦੇ ਹਾਂ ਅਸੀਂ ਬਾਬਾ ਜੀ ਨਾਲ ਗੱਲਬਾਤ ਕਿ ਇਹ ਜਿਹੜੀ ਮਸ਼ੀਨ ਦਿੱਤੀ ਆ ਉਹ ਕਿਸ ਪਰਪਜ਼ ਨਾਲ ਦਿੱਤੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਇਹ ਜਿਹੜੀ ਮਸ਼ੀਨ ਦਿੱਤੀ ਹੈਗੀ ਆ ਇਹ ਤੁਸੀਂ ਕੀ ਸੋਚਿਆ ਕਿ ਜਿਹੜੀ ਇਹ ਪਿੰਡ ਮਾਲਖੁਰਦ ਦੇ ਵਿੱਚ ਹੀ ਦਿੱਤੀ ਜਾਵੇ? ਇਹ ਜੋ ਮਸ਼ੀਨ ਹੈ ਪਰਮਹੰਸ ਸੰਤ ਬਾਬਾ ਬਸੰਤ ਸਿੰਘ ਜੀ ਭੂਰੀ ਵਾਲਿਆਂ ਦੇ ਪਵਿੱਤਰ ਅਸਥਾਨ ਨੂੰ, ਜੋ ਕਿ ਸਤਿਕਾਰਯੋਗ ਸਾਡੇ ਦਾਦਾ ਜੀ ਹਰਵੰਸ ਸਿੰਘ ਅਤੇ ਦਾਦੀ ਜੀ ਮਾਤਾ ਪ੍ਰੀਤਮ ਕੌਰ ਜੀ, ਉਹਨਾਂ ਦੇ ਲਾਡੇ ਸਪੁੱਤਰ ਸੰਤੋਖ ਸਿੰਘ, ਜੋ ਕਿ ਇਸ ਜੋੜ ਮੇਲੇ ਜੋ 26 ਤਰੀਕ ਨੂੰ ਭੋਗ ਪਏ ਸਨ, ਉਹਨਾਂ ਦੇ ਭੋਗ 'ਤੇ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ। ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਸਮੁੱਚੀ ਲੋਕਾਂ ਦੇ ਭਲੇ ਵਾਸਤੇ ਹਾਰਟ ਮਸ਼ੀਨ ਜੋ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਗਈ, ਉਹ ਅਸੀਂ ਨਫਰੀ ਕਲੀਨਿਕ ਨੂੰ ਪਿੰਡ ਦੀ ਸਹੂਲਤ ਵਾਸਤੇ, ਇਲਾਕੇ ਦੀ ਸਹੂਲਤ ਵਾਸਤੇ ਜੋ ਭੇਟ ਦਿੱਤੀ ਗਈ ਹੈ ਸੀ, ਜਿਸ ਦਾ ਅੱਜ ਉਦਘਾਟਨ ਹੋਇਆ ਹੈ। ਸਮੁੱਚੀ ਸੰਗਤ ਨੂੰ ਸੁਨੇਹਾ ਹੈ ਜਿੱਥੇ ਆਪਾਂ ਵੱਡੇ ਜੋੜ ਮੇਲੇ ਲੀਕੇ ਜਾਂਦੇ ਹਨ ਉੱਥੇ ਆਪਾਂ ਸਿਹਤ ਪੱਖ ਨੂੰ ਵੀ ਮੁੱਖ ਰੱਖਦੇ ਹੋਏ ਇਹ ਬੀੜਾ ਜੋ ਆਪਾਂ ਨੂੰ ਉਠਾਇਆ ਹੈ ਇਸ ਨੂੰ ਆਪਾਂ ਸੇਧ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਤਾਜਪੁਰ ਹੋਸਪਿਟਲ। ਆਪਣੇ ਬਾਰੇ ਵਿੱਚ ਥੋੜ੍ਹਾ ਜਿਹਾ ਦੱਸੋ ਦਰਸ਼ਕਾਂ ਨੂੰ ਸਾਡੇ, ਆਪਣਾ ਨਾਮ। ਔਰ ਮੈਂ ਡਾਕਟਰ ਜਗਤ ਨਾਰਾਇਣ ਕੁਮਾਰ, ਬਜੀਦ ਹੋਸਪਿਟਲ ਦੇ ਮੈਨੇਜਿੰਗ ਡਾਇਰੈਕਟਰ। ਹਾਂਜੀ, ਇਹ ਜਿਹੜੀ ਮਸ਼ੀਨ ਦਿੱਤੀ ਗਈ ਹੈ ਇਹਦੇ ਬਾਰੇ ਕੀ ਕਹੋਗੇ? ਇਸ ਮਸ਼ੀਨ ਦੀ ਸਹੂਲਤ ਇਹ ਹੈ ਕਿ ਹਾਰਟ ਦੀ ਚੈੱਕਅਪ ਹੋਊਗੇ, ਲੋਕਾਂ ਨੂੰ ਪਤਾ ਲੱਗੂ ਕਿ ਸਾਡੇ ਹਾਰਟ ਦੀ ਪ੍ਰੋਬਲਮ ਹੈਗੇ ਕਿ ਨਹੀਂ ਹੈਗੇ, ਉਸ ਹਿਸਾਬ ਨਾਲ ਇਹਦੀ ਟ੍ਰੀਟਮੈਂਟ ਲਿੱਤਾ ਜਾਊਗਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਪਿੰਡ ਮਾਲਖੁਰਦ ਦੇ ਵਿੱਚ ਧੰਨ ਧੰਨ ਸੰਤ ਬਾਬਾ ਬਸੰਤ ਸਿੰਘ ਜੀ ਭੂਰੀ ਵਾਲੇ ਵੱਲੋਂ ਗੁਰਦੁਆਰਾ ਸਾਹਿਬ ਨੂੰ ECG ਮਸ਼ੀਨ ਦਿੱਤੀ ਗਈ ਸੀ। ਅਤੇ ਉਹਨਾਂ ਨੇ ਜਿੱਦਾਂ ਪਿੰਡ ਦੇ ਉੱਤੇ ਇੱਕ ਪਰਉਪਕਾਰ ਦੇ ਤੌਰ ਦੇ ਉੱਤੇ ਪਿੰਡ ਦੇ ਵਿੱਚ ਜਿਹੜਾ ਨਫਰੀ ਕਲੀਨਿਕ ਕਾਫੀ ਟਾਈਮ ਤੋਂ ਖੁੱਲ੍ਹਾ ਸੀਗਾ ਉੱਥੇ ਇਹ ਦਿੱਤੀ ਗਈ ਹੈ ਮਸ਼ੀਨ, ਤਾਂ ਕਿ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਸਮੂਹ ਸੰਗਤਾਂ ਇਸ ਚੀਜ਼ ਦਾ ਲਾਹਾ ਲੈਣ, ਵੱਧ ਤੋਂ ਵੱਧ ਘੱਟ ਰੇਟ ਦੇ ਵਿੱਚ ECG ਔਰ ਬਲੱਡ ਟੈਸਟ ਕਿੱਥੇ ਹੁਣ ਹੋਇਆ ਕਰਨਗੇ। ਜਿਹੜਾ ਕੰਮ ਕਰਵਾਉਣ ਦੇ ਲਈ ਆਪਾਂ ਨੂੰ ਦੂਰ ਦੁਰਾਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਉਹ ਹੁਣ ਇੱਥੇ ਨਫਰੀ ਕਲੀਨਿਕ ਦੇ ਵਿੱਚ ਮਾਲਖੁਰਦ ਦੇ ਵਿੱਚ ਕੀਤੇ ਜਾਣਗੇ। ਇੱਕ ਉਹਨਾਂ ਵੱਲੋਂ ਵੀ ਆ ਫੇਸ਼ੀਅਲ ਗੱਲ ਹੈਗੀ ਆ, ਜਿਹਨੂੰ ਆਪਾਂ ਮਸਾਜ ਕਰਨ ਵਾਲੀ ਮਸ਼ੀਨ ਕਹਿ ਰਹੇ ਹਾਂ ਸਿਖਾਉਂਦੀ ਆ, ਤਾਂ ਉਹ ਮਸਾਜ ਦੇ ਨਾਲ ਵੀ ਸੈੱਟ ਕੀਤੀ ਜਾ ਸਕਦੀ ਆ। ਅਤੇ ਇਹਦਾ ਵੀ ਲਾਹਾ ਆਪਾਂ ਇੱਥੇ ਲੈ ਸਕਦੇ ਹਾਂ। ਤਾਂ ਹੋਰ ਬਾਬਾ ਜੀ ਉਹਨਾਂ ਦਾ ਬਹੁਤ ਧੰਨਵਾਦ ਹੈਗਾ ਕਿ ਉਹਨਾਂ ਨੇ ਪਿੰਡ ਵਾਸੀਆਂ ਦੇ ਲਈ ਇਹ ਸਹੂਲਤ ਦਿੱਤੀ ਆ, ਜਿਹਦੇ ਕਰਕੇ ਸਿਰਫ ਪਿੰਡ ਵਾਸੀ ਆਲੇ ਦੁਆਲੇ ਦੀਆਂ ਸਮੂਹ ਸੰਗਤਾਂ ਵੀ ਇਸ ਚੀਜ਼ ਦਾ ਲਾਹਾ ਲੈ ਸਕਦੇ ਹਾਂ ਅਤੇ ਲਾਭਰੀ ਕਲੀਨਿਕ ਉੱਤੇ ਪਹੁੰਚ ਕੇ ਆਪਣੇ ਬਲੱਡ ਟੈਸਟ ਅਤੇ ECG ਦੇ ਟੈਸਟ ਉਹ ਇੱਥੇ ਕਰਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵੱਲੋਂ ਜਿਹੜੀ ਆ ਉਹ ECG ਜਿਹੜੀ ਹੈਗੀ ਆ ਇਸ ਮੌਕੇ ਦੇ ਉੱਪਰ ਜਿਹੜਾ ਉਦਘਾਟਨ ਤੋਂ ਬਾਅਦ ਜਿਹੜਾ ਆ ਇਹ ਕੀਤੀ ਜਾ ਰਹੀ ਹੈਗੀ ਆ।
ਔਰ ਇਹ ਮਸ਼ੀਨ ਆਉਣ ਦੇ ਨਾਲ ਜਿੱਥੇ ਇਸ ਪਿੰਡ ਨੂੰ ਫਾਇਦਾ ਆ ਉੱਥੇ ਪੂਰੇ ਇਲਾਕੇ ਨੂੰ ਵੀ ਜਿਹੜਾ ਆ ਇੱਥੇ ਇਹਦਾ ਕਾਫੀ ਫਾਇਦਾ ਹੋਏਗਾ, ਕਿਉਂਕਿ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਏਗੀ। ਇੱਥੇ ਤੁਸੀਂ ਆ ਕੇ ਟਾਈਮਿੰਗ ਵੀ ਅਸੀਂ ਡਾਕਟਰ ਸਾਹਿਬ ਤੋਂ ਪੁੱਛ ਲਵਾਂਗੇ ਕਿ ਕਿੰਨੇ ਤੋਂ ਕਿੰਨੇ ਜਿਹੜੀ ਆ ਇਹ ECG ਜਿਹੜੀ ਕੀਤੀ ਜਾਏਗੀ। ਆਹ ਮਸ਼ੀਨ ਤੁਸੀਂ ਦੇਖ ਪਾ ਰਹੇ ਹੋ, ਇਹ ਭੇਟ ਕੀਤੀ ਗਈ ਹੈਗੀ ਆ। ਜਿਹੜੇ ਹਾਰਟ ਦੀ ਪ੍ਰੋਬਲਮ ਜਿਹੜੀ ਉਹ ਅੱਜ ਕੱਲ੍ਹ ਬੇਹੱਦ ਹੀ ਜ਼ਿਆਦਾ ਹੋ ਗਈ ਆ। ਕਿਸੇ ਦੀ ਦਿਲ ਦੀ ਧੜਕਣ ਵੱਧ ਜਾਂਦੀ ਆ, ਕਿਸੇ ਦੇ ਕੁਛ ਹੋ ਜਾਂਦਾ ਆ। ਉਹਨਾਂ ਨੂੰ ਚੰਗਾ ਆ ਕਿ ਇੱਥੇ ਆ ਕੇ ਜਿਹੜੀ ECG ਜਿਹੜੀ ਆ ਉਹ ਕਰਵਾਇਆ ਲਈ ਜਾਵੇ, ਕਿਉਂਕਿ ਕੋਈ ਇੰਨਾ ਕੋ ਖਰਚਾ ਨਹੀਂ ਆ। ਸ਼ਹਿਰ ਜਾਓਗੇ ਤਾਂ 200 ਰੁਪਇਆ ਖਰਚੋਗੇ, ਆਪਣਾ ਟਾਈਮ ਕੱਢੋਗੇ। ਇੱਥੇ ਤੁਹਾਨੂੰ ਜਿਸ ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦਾ ਫੋਨ ਨੰਬਰ ਵੀ ਲੈ ਲਾਂਗੇ, ਤੁਸੀਂ ਫੋਨ ਨੰਬਰ 'ਤੇ ਵੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਦੂਰ ਦੂਰ ਤੱਕ ਤੁਸੀਂ ਦੇਖ ਪਾ ਰਹੇ ਹੋ ਲਾਈਨਾਂ ਲੱਗੀਆਂ ਹੋਈਆਂ ਨੇ। ਔਰ ਇੱਥੇ ਤੁਰੰਤ ਜਿਹੜੀ ਆ ਨਾਲੇ ਰੀਡਿੰਗ ਜਿਹੜੀ ਆ ਉਹ ਆ ਜਾਂਦੀ ਹੈਗੀ ਆ, ਔਰ ਤੁਸੀਂ ਦੇਖ ਪਾ ਰਹੇ ਹੋ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਹੈਗਾ। ਹਾਂ, ਜਿੱਦਾਂ ਰਸ਼ ਪਿਆ ਆ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਏਗਾ। ਔਰ ਇਹਨਾਂ ਦੀ ECG ਜਿਹੜੀ ਆ ਉਹ ਕੀਤੀ ਗਈ ਹੈਗੀ ਆ, ਔਰ ਨਾਲ ਦੀ ਨਾਲ ਜਿਹੜੀ ਆ ਉਹ ਰੀਡਿੰਗ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਉਹ ਨਾਲ ਦੀ ਨਾਲ ਹੀ ਜਿਹੜੀ ਆ ਉਹ ਆ ਗਈ ਆ। ਇਸ ਮੌਕੇ 'ਤੇ ਜਿਹੜਾ ਆ ਚਾਹ ਪਾਣੀ ਦਾ ਵੀ ਜਿਹੜਾ ਆ, ਚਾਹ ਪਕੌੜਿਆਂ ਦਾ ਔਰ ਅਤੁੱਟ ਲੰਗਰ ਵੀ ਜਿਹੜਾ ਆ ਉਹ ਵਰਤਾਇਆ ਗਿਆ ਹੈਗਾ। ਬਾਕੀ ਉੱਪਰੋਂ ਮੌਸਮ ਵੀ ਜਿਹੜਾ ਆ ਉਹ ਥੋੜ੍ਹਾ ਠੰਡਾ ਹੋ ਗਿਆ ਹੈਗਾ, ਕਿਉਂਕਿ ਗਰਮੀ ਵੀ ਨਹੀਂ ਹੈਗੀ ਇੰਨੀ, ਇਸ ਕਰਕੇ ਚਾਹ ਪਾਣੀ ਪੀਣਾ ਵੀ ਬੜਾ ਜਿਹੜਾ ਆ ਕਿ ਉਹ ਵਧੀਆ ਲੱਗਦਾ ਆ, ਕਿਉਂ ਮੌਸਮ ਠੀਕ ਹੋ ਗਿਆ ਹੈਗਾ ਆ। ਮੈਨੂੰ ਲੱਗਦਾ ਕਿ ਇਹ ਜਿਹੜਾ ਮਸ਼ੀਨ ਦਾ ਉਦਘਾਟਨ ਹੋਇਆ, ਨਹੀਂ ਤਾਂ ਇੱਧਰ ਮੀਂਹ ਨਹੀਂ ਸੀ ਪੈ ਰਿਹਾ ਸ਼ਾਇਦ, ਤਾਂ ਹੀ ਜਿਹੜਾ ਆ ਕਿ ਉੱਪਰ ਵਾਲਾ ਵੀ ਖੁਸ਼ ਹੋ ਗਿਆ ਕਿ ਇਹ ਇੱਕ ਭਲੇ ਦਾ ਕੰਮ ਜਿਹੜਾ ਉਹ ਕੀਤਾ ਗਿਆ ਆ, ਨਹੀਂ ਤਾਂ ਇਸ ਇਲਾਕੇ 'ਚ ਮੀਂਹ ਨਹੀਂ ਸੀ ਪੈ ਰਿਹਾ ਹੈਗਾ। ਔਰ ਤੁਸੀਂ ਦੇਖ ਪਾ ਰਹੇ ਹੋ ਡਿਸਪੋਜੀਬਲ ਜਿਹੜੇ ਹੈਗੇ ਆ ਉਹ ਬੋਤਲਾਂ ਵੀ ਪਾਣੀ ਦੀਆਂ ਰੱਖੀਆਂ ਹੋਈਆਂ ਨੇ, ਔਰ ਅਤੁੱਟ ਲੰਗਰ ਜਿਹੜਾ ਆ ਚਾਹ ਪਾਣੀ ਵੀ ਜਿਹੜਾ ਆ ਚਾਹ ਪਕੌੜਿਆਂ ਦਾ ਔਰ ਮਠਿਆਈ ਦਾ ਜਿਹੜਾ ਉਹ ਵੀ ਅਤੁੱਟ ਲੰਗਰ ਜਿਹੜਾ ਇਸ ਮੌਕੇ 'ਤੇ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ। ਔਰ ਰਸ਼ ਜਿਹੜਾ ਉਹ ਕਾਫੀ ਇੱਥੇ ਪਿਆ ਹੋਇਆ, ਔਰ ਇਹ ਸਾਡੇ ਪਿੰਡ ਗੜ੍ਹ ਪਧਾਣਾ ਤੋਂ ਮਤਲਬ ਕਾਫੀ ਹੋਰ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਇੱਥੇ ਜਿਹੜੇ ਆ ਉਹ ਮੌਕੇ 'ਤੇ ਜਿਹੜੇ ਆ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜੀ ਜਗ੍ਹਾ ਤੋਂ ਅਤੇ ਆਪਣਾ ਥੋੜ੍ਹਾ ਜਿਹਾ ਵੇਰਵਾ ਦੱਸੋ। ਗੜ੍ਹਪਧਾਣਾ ਤੋਂ ਆ ਜੀ। ਗੜ੍ਹਪਧਾਣਾ ਤੋਂ ਆਇਆ। ਇਹਨਾਂ ਨੇ ਬਾਬਾ ਜੀ ਨੇ ਜਿਹੜੀ ਇੱਥੇ ਮਸ਼ੀਨ ਦਿੱਤੀ ਹੈਗੀ ਆ, ਭੇਟ ਕੀਤੀ ਆ, ਇਲਾਕੇ ਦੇ ਵਿੱਚ ਤਾਂ ਇਹ ਹੀ ਨਹੀਂ ਸੀ, ਕੀ ਕਹਿਣਾ ਚਾਹੁੰਦੇ ਆ? ਇਹ ਤਾਂ ਬਹੁਤ ਉਪਰਾਲਾ ਇਹਨੇ ਕੀਤਾ ਜੀ, ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੀ। ਹਰ ਇੱਕ ਬੰਦਾ ਜਿਹੜਾ ਗਰੀਬ ਆ ਜੀ ਉਹ 50 ਰੁਪਏ ਦੇ ਕੇ ਆਪਣਾ ਇਹ ਟੈਸਟ ਕਰਵਾ ਸਕਦਾ। ਆਲੇ ਦੁਆਲੇ ਦੇ ਪਿੰਡਾਂ ਨੂੰ ਸਹੂਲਤ ਮਿਲ ਗਈ? ਹਾਂਜੀ ਹਾਂਜੀ, ਬਹੁਤ ਵਧੀਆ ਜੀ ਹੋਊਗਾ। ਕਿ ਪਿੰਡ ਵਾਸੀ ਵੀ ਹੌਲੀ ਹੌਲੀ ਜਿਹੜੇ ਹੈਗੇ ਆ ਆ ਰਹੇ ਨੇ, ਪਹਿਲਾਂ ਹੀ ਕਾਫੀ ਰਸ਼ ਇੱਥੇ ਪੈ ਚੁੱਕਾ ਹੈਗਾ। ਪਹਿਲਾਂ ਜਿਹੜਾ ਉਹਨਾਂ ਦਾ ਨਾਮ ਲਿਖਿਆ ਜਾਂਦਾ ਆ, ਪਰਚੀ ਕੱਟੀ ਜਾਂਦੀ ਆ, ਕਿਉਂਕਿ ਅੱਜ ਰਸ਼ ਕਾਫੀ ਹੈ। ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਣਾ ਨਾਮ, ਪਿੰਡ ਅਤੇ ਅੱਜ ਜਿਹੜਾ ਮਸ਼ੀਨ ਦਾ ਉਦਘਾਟਨ ਕੀਤਾ ਹੈਗਾ ਇਹਦੇ ਬਾਰੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਭੂਰੀ ਵਾਲੇ ਸੰਤਾਂ ਵੱਲੋਂ ਸਮਰਪਿਤ ਉਹਨਾਂ ਨੂੰ ਕਿ ਮਸ਼ੀਨ ਭੇਟ ਹੋਈ ਸੀ ਮਿਲੀ ਹੈਗੀ, ਉਹਦਾ ਅੱਜ ਅਸੀਂ ਉਦਘਾਟਨ ਕਰ ਰਹੇ ਹਾਂ। ECG ਅਸੀਂ 50 ਰੁਪਏ ਵਿੱਚ ਕਰ ਰਹੇ ਹਾਂ ਜੀ, ਅਤੇ ਹਰ ਰੋਜ਼ ਹੋਈ ਹੋਇਆ ਕਰ। ਕਿੰਨੇ ਤੋਂ ਕਿੰਨੇ ਟਾਈਮਿੰਗ ਦੱਸੋ? ਟਾਈਮਿੰਗ ਸਰ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ, ਹਾਂ, ਔਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ। ਕੋਈ ਛੁੱਟੀ ਇਹਦੇ ਵਿੱਚ? ਛੁੱਟੀ ਸਰ ਐਮਰਜੈਂਸੀ ਦਾ ਸੰਡੇ ਵੀ ਕਲੋਜ਼ ਰਹੂਗਾ ਇਹ 'ਚ। ਹਾਂ, ਇਹ ਪਤਾ ਹੋਣਾ ਚਾਹੀਦਾ ਨਾ, ਇਹ ਕਲੋਜ਼ ਹੈ।
ਬਾਕੀ ਐਮਰਜੈਂਸੀ ਸਾਨੂੰ ਫੋਨ ਕਰਕੇ ਆ ਸਕਦੇ। ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦੱਸ ਦਿਓ, ਤੁਹਾਨੂੰ ਵੀ ਕਿਤੇ ਕੰਮ ਪੈ ਸਕਦਾ, ਮਰੀਜ਼ ਜਿਹੜਾ ਹੈ ਕਿ ਉਹ ਮਤਲਬ ਉਹਨੂੰ ਦਿੱਕਤ ਨਾ ਆਵੇ, ਆਪਣਾ ਮੋਬਾਈਲ ਨੰਬਰ ਜਿਹੜਾ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਜਾਵੇ ਤਾਂ ਜੋ ਉਹ ਲਿਖ ਸਕਣ। ਬੋਲੋ ਆਪਣਾ ਫੋਨ ਨੰਬਰ 95011-6611-61804 ਇਸ ਨੰਬਰ 'ਤੇ ਫੋਨ ਕਰਕੇ ਤੁਹਾਡੇ ਕੋਲ ਆ ਸਕਦੇ। ਠੀਕ ਹੈ। ਇਸ ਮੌਕੇ 'ਤੇ ਚਾਹ ਪਾਣੀ ਦਾ ਜਿਹੜਾ ਟੁੱਟ ਲੰਗਰ ਆ ਉਹ ਚੱਲ ਰਿਹਾ ਹੈ ਫਿਲਹਾਲ, ਔਰ ਆਪਣੀ ECG ਕਰਵਾਉਣ ਤੋਂ ਬਾਅਦ ਬਾਬਾ ਜੀ ਦੇ ਕੋਲ ਆਏ ਨੇ ਕੁਝ ਪੇਸ਼ੈਂਟ। ਇਹ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇੱਥੇ ਮਸਾਜਰ ਜਿਹੜਾ ਉਹ ਦਿੱਤਾ ਗਿਆ ਹੈਗਾ, ਜਿਸ ਤਰ੍ਹਾਂ ਕਿਸੇ ਦੇ ਪੇਨ ਵਗੈਰਾ ਹੁੰਦੀ ਹੈਗੀ ਆ ਜਾਂ ਕੋਈ ਹੈਗਾ, ਡਾਕਟਰ ਸਾਹਿਬ ਜਿਹੜੇ ਆ ਉਹ ਕਰ ਰਹੇ ਨੇ। ਔਰ ਇੱਥੇ ਜਿਹੜਾ ਰਸ਼ ਹੈਗਾ ਆ, ਰਸ਼ ਬਹੁਤ ਜ਼ਿਆਦਾ ਪਿਆ ਆ, ਕਈ ਵਾਰ ਸਾਨੂੰ ਕਵਰੇਜ ਕਰਨ ਦੇ ਵਿੱਚ ਵੀ ਜਿਹੜੀ ਆ ਉਹ ਕਾਫੀ ਜਿਹੜੀ ਆ ਦਿੱਕਤ ਆ ਰਹੀ ਆ। ਬਾਬਾ ਜੀ ਵੀ ਇਸ ਮੌਕੇ 'ਤੇ ਜਿਹੜੇ ਆ ਉਹ ਹੈ ਨੇ, ਔਰ ਤੁਸੀਂ ਦੇਖ ਪਾ ਰਹੇ ਹੋ ਕਾਫੀ ਰਸ਼ ਜਿਹੜਾ ਅੱਜ ਤੋਂ ਹੀ ਪਿਆ ਹੋਇਆ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 9863-79499। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9863-79499।